ਤਾਂ ਸਭ ਤੋਂ ਪਹਿਲੀ ਖਬਰ ਤਜਿੰਦਰਪਾਲ ਉਰਫ ਬੱਗਾ ਬੀਜੇਪੀ ਦੇ ਲੀਡਰ ਨਾਲ ਜੁੜੀ ਹੋਈ ਹੈ। ਪੰਜਾਬ ਦੀ ਪੁਲਿਸ ਵੱਡੇ ਗਿਣਤੀ ਵਿੱਚ ਲਾਮ ਲਸ਼ਕਰ ਲੈ ਕੇ ਦਿੱਲੀ ਪਹੁੰਚਦੀ ਹੈ, ਗ੍ਰਿਫਤਾਰੀ ਕੀਤੀ ਜਾਂਦੀ ਹੈ ਤੇ ਫਿਰ ਉਸ ਨਿਜ਼ਮ ਦਾ ਜ਼ਿਕਰ ਹੁੰਦਾ ਹੈ ਕਿ ਸਭ ਕੁਝ ਕਾਨੂੰਨ ਮੁਤਾਬਕ ਹੋਇਆ। ਤਜਿੰਦਰਪਾਲ ਬੱਗਾ ਦੇ ਪਿਤਾ ਦਰਖਾਸਤ ਦਿੰਦੇ ਨੇ ਕਿ ਕੁਝ ਲੋਕ ਆਏ, ਕੁੱਟਮਾਰ ਹੋਈ, ਉਹਨਾਂ ਦਾ ਮੋਬਾਈਲ ਖੋਹ ਕੇ ਲੈ ਕੇ ਗਏ। 295 ਏ ਤੋਂ ਲੈ ਕੇ ਕਈ ਨੋਨ ਬਿਲੇਬਲ ਧਰਾਵਾਂ ਐਫ ਆਈ ਆਰ 'ਚ ਸ਼ਾਮਲ ਕੀਤੀਆਂ ਜਾਂਦੀਆਂ ਨੇ। ਸੋ ਇਸ ਪੂਰੇ ਮਸਲੇ 'ਤੇ ਐਫ ਆਈ ਆਰ 'ਚ ਦਰਸਾਇਆ ਗਿਆ ਕਿ ਧੱਕੇ ਨਾਲ ਘਰ ਵਿੱਚ ਵੜ ਕੇ ਮਾਰਕੁੱਟ ਕੀਤੀ ਗਈ, ਕਾਗਜ਼ਾਤ ਚਾਕੀ ਲੈ ਕੇ ਗਏ, ਉਸ ਤੋਂ ਬਾਅਦ ਧਾਰਮਿਕ ਭਾਵਨਾਵਾਂ ਭੜਕਾਈਆਂ ਗਈਆਂ। ਇਸੇ ਕਰਕੇ 295 ਵੀ ਇਸ ਕੇਸ ਵਿੱਚ ਬੰਨ੍ਹੀ ਗਈ ਹੈ। ਤਾਂ ਉਸ ਤੋਂ ਬਾਅਦ ਕੀ ਹੋਇਆ, ਤਜਿੰਦਰਪਾਲ ਬੱਗਾ ਦੇ ਪਿਤਾ ਦੀ ਐਫ ਆਈ ਆਰ ਤੋਂ ਬਾਅਦ ਦਿੱਲੀ ਪੁਲਿਸ ਦਵਾਰਕਾ ਕੋਰਟ ਪਹੁੰਚਦੀ ਹੈ। ਦਵਾਰਕਾ ਕੋਰਟ ਪਹੁੰਚ ਕੇ ਅਦਾਲਤ ਨੂੰ ਜਾਣੂ ਕਰਵਾਇਆ ਜਾਂਦਾ ਹੈ ਕਿ ਕਿਡਨੈਪਿੰਗ ਤਜਿੰਦਰਪਾਲ ਸਿੰਘ ਉਰਫ ਬੱਗਾ ਦੀ ਹੋ ਚੁੱਕੀ ਹੈ। ਤਾਂ ਇੱਕ ਆਰਡਰ ਅਦਾਲਤ ਜਨਤਕ ਕਰਦੀ ਹੈ, ਆਰਡਰ ਨੂੰ ਐਗਜੀਕਿਊਟ ਹਰਿਆਣਾ ਦੇ ਕੁਰਕਸ਼ੇਤਰਾ ਨੇੜੇ ਕੀਤਾ ਜਾਂਦਾ ਹੈ। ਤਾਂ ਦਿੱਲੀ ਦੀ ਪੁਲਿਸ ਕੁਰਕਸ਼ੇਤਰ ਪਹੁੰਚਦੀ ਹੈ, ਕੁਰਕਸ਼ੇਤਰ ਪਹੁੰਚ ਕੇ ਪੰਜਾਬ ਦੀ ਪੁਲਿਸ ਨੂੰ ਫਰਲਾ ਦਿਖਾਇਆ ਜਾਂਦਾ ਜਿਹੜਾ ਕਿ ਦਵਾਰਕਾ ਅਦਾਲਤ ਨੇ ਦਿੱਤਾ ਸੀ ਕਿ ਤੁਸੀਂ ਤਜਿੰਦਰਪਾਲ ਬੱਗਾ ਨੂੰ ਕਿਡਨੈਪ ਨਹੀਂ ਕਰ ਸਕਦੇ, ਕਿਉਂਕਿ ਸਫ ਸਪਸ਼ਟ ਸ਼ਬਦਾਂ ਦੇ ਵਿੱਚ ਦਿੱਲੀ ਦੀ ਕੋਰਟ ਨੇ ਕਿਹਾ ਸੀ ਕਿ ਬੱਗਾ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇ। ਤਾਂ ਇਸ ਪੂਰੇ ਮਸਲੇ 'ਤੇ ਸਿਆਸਤ ਪੰਜਾਬ ਦੀ ਪੱਖੀ ਵਿਰੋਧੀ ਧਿਰਾਂ ਪੰਜਾਬ ਦੀ ਹਾਕਮ ਧਿਰ ਨੂੰ ਘੇਰ ਰਹੀਆਂ ਨੇ ਕਿ ਪੁਲਿਸ ਅਤੇ ਬਦਲਾਖੋਰੀ ਦੀ ਦੁਰਵਰਤੋਂ ਆਖਿਰਕਾਰ ਕਿਉਂ ਹੋ ਰਹੀ ਹੈ। ਤਾਂ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਸਰਕਾਰ ਪੁਲਿਸ ਦੀ ਦੁਰਵਰਤੋਂ ਕਿਉਂ ਕਰ ਰਹੀ ਹੈ, ਪੁਲਿਸ ਨੂੰ ਫਰੀ ਹੈਂਡ ਦੇਣਾ ਚਾਹੀਦਾ ਹੈ। ਦੇਖੋ, ਆ ਪੁਲਿਸ, ਮੈਂ ਪਹਿਲੇ ਵੀ ਕਿਹਾ ਸੀ ਕਿ ਆਮ ਆਦਮੀ ਪਾਰਟੀ ਜਿਵੇਂ ਗੁੰਡਾਗਰਦੀ ਇਹਨਾਂ ਸ਼ੁਰੂ ਕਰ ਦਿੱਤੀ ਹੈ, ਜਿਸ ਤਰੀਕੇ ਨਾਲ ਦੂਜੇ ਸੂਬਿਆਂ ਦੇ ਲੋਕ ਚੱਕ ਲਿਆ, ਪੰਜਾਬ ਪੁਲਿਸ ਨੂੰ ਮਿਸਯੂਜ਼ ਕਰ ਰਿਹਾ। ਮੈਂ ਤਾਂ ਡੀ ਜੀ ਪੀ ਨੂੰ ਕਹਿਣਾ ਚਾਹੁੰਦਾ ਕਿ ਤੁਹਾਡੀ ਇੱਕ ਜ਼ਿੰਮੇਵਾਰੀ ਹੈ, ਐਂ ਨਹੀਂ ਹੈ ਕਿ ਜਿਵੇਂ ਜੋ ਕਹਿਣ ਗਲਤ ਕੰਮ ਕਹਿਣ ਤਾਂ ਤੁਸੀਂ ਕਰਾਈ ਜਾਓ, ਸਟਰੋਂਗਲੀ ਕੰਡੈਮ ਕਰਦੇ ਹਾਂ। ਇਹਨਾਂ ਦਾ ਕੋਈ ਦਾਵਾ ਨਾ ਪੂਰਾ ਹੋਣਾ ਹੈ, ਨਾ ਇਹਨਾਂ ਨੇ ਕਰਨਾ, ਝੂਠ ਬੋਲ ਕੇ ਇਹਨਾਂ ਨੇ ਸਰਕਾਰ ਬਣਾਈ ਹੈ। ਅਤੇ ਹੁਣ ਤੁਸੀਂ ਆਪ ਹੀ ਦੇਖ ਲਿਆ ਕਿਹੋ ਜਿਹਾ ਹਾਲ ਪੰਜਾਬ 'ਚ ਹੋ ਗਿਆ। ਤਜਿੰਦਰ ਬੱਗਾ, ਜਿਸ ਨੂੰ ਪੰਜਾਬ ਪੁਲਿਸ ਇਲੀਗਲ ਤਰੀਕੇ ਨਾਲ ਦਿੱਲੀ ਤੋਂ ਡਿਟੇਨ ਕਰਕੇ, ਇਨਫੈਕਟ ਕਿਡਨੈਪ ਕਰਕੇ ਲੈ ਜਾ ਰਹੀ ਸੀ, ਉਸਦੀ ਹੁਣੇ ਕੁਰਕਸ਼ੇਤਰ ਤੋਂ ਰਿਹਾਈ ਹੋਈ। ਸੱਚਾਈ ਦੀ, ਇਨਸਾਫ ਦੀ, ਕਾਨੂੰਨ ਦੀ, ਸੰਵਿਧਾਨ ਦੀ ਬਹੁਤ ਵੱਡੀ ਜਿੱਤ ਆ, ਅਤੇ ਦੁਰਾਚਾਰੀ, ਅਹੰਕਾਰੀ, ਬਦਲਾਖੋਰ ਲੋਕਾਂ ਦੀ ਬਹੁਤ ਵੱਡੀ ਹਾਰ ਆ। ਇਹ ਯਾਦ ਰੱਖਣ ਦੀ ਲੋੜ ਆ ਪੰਜਾਬ ਦੀ ਸਰਕਾਰ ਨੂੰ, ਜਿਸ ਤਰੀਕੇ ਅੱਜ ਤੁਸੀਂ ਪੂਰੇ ਦੇਸ਼ ਔਰ ਦੁਨੀਆ ਦੇ ਅੰਦਰ ਸਿੱਖਾਂ ਨੂੰ ਬਦਨਾਮ ਕੀਤਾ, ਪੰਜਾਬ ਨੂੰ ਬਦਨਾਮ ਕੀਤਾ, ਟਕਰਾਵ ਅੰਦਰ ਲੈ ਕੇ ਆਉਂਦਾ ਪੰਜਾਬ ਪੁਲਿਸ ਨੂੰ, ਕਾਹਦੇ ਵਾਸਤੇ? ਅਰਵਿੰਦ ਕੇਜਰੀਵਾਲ ਦੀ ਹਉਮੈ ਔਰ ਹੰਕਾਰ ਦੀ ਪੂਰਤੀ ਦੇ ਵਾਸਤੇ, ਬਦਲਾਖੋਰੀ ਵਾਸਤੇ। ਇਹ ਚੰਗਾ ਕੰਮ ਨਹੀਂ ਕੀਤਾ, ਉਹਨਾਂ ਪੁਲਿਸ ਅਫਸਰਾਂ ਨੂੰ ਵੀ ਇਹਦਾ ਖਮਿਆਜ਼ਾ ਭੁਗਤਣਾ ਪਊਗਾ ਜਿਨ੍ਹਾਂ ਨੇ ਪਾਪ ਕੀਤਾ, ਜਿਨ੍ਹਾਂ ਨੇ ਗੈਰ ਕਾਨੂੰਨੀ ਕੰਮ ਕੀਤਾ ਹੈ, ਉਹਨਾਂ ਨੂੰ ਕਾਨੂੰਨ ਦੇ ਦਾਇਰੇ 'ਚ ਲਿਆ ਕੇ ਸਜ਼ਾ ਦਵਾਵਾਂਗੇ। ਬਈ, ਜਿਹਨੂੰ ਕਹਿੰਦੇ ਨਾ ਕਿ ਨੱਚਣਾ ਨਾ ਆਵੇ ਅਤੇ ਆਂਗਣ ਟੇਢਾ, ਇਹ ਕਿਹੜੀ ਰਾਜਨੀਤੀ ਹੈ? ਤੁਹਾਡੇ ਕੋਲ ਸਰਕਾਰ ਚੱਲਦੀ ਨਹੀਂ, ਹੈਂਡਲ ਤੁਸੀਂ ਕੁਛ ਕਰ ਨਹੀਂ ਪਾ ਰਹੇ, ਔਰ ਤੁਸੀਂ ਕੋਈ ਵਾਅਦੇ ਪੂਰੇ ਨਹੀਂ ਕਰ ਰਹੇ, ਧਿਆਨ ਭਟਕਾਉਣ ਦੀ ਖਾਤਰ ਲੋਕਾਂ ਨੂੰ ਡਰਾ ਰਹੇ ਹੋ, ਧਮਕਾ ਰਹੇ ਹੋ। ਤੁਸੀਂ ਕਿੰਨੋ ਕਿੰਨੋ ਡਰਾਓਗੇ ਭਾਈ, ਕਿੰਨੋ ਕਿੰਨੋ ਤੁਸੀਂ ਫਸਾਓਗੇ? ਇਹ ਰਾਜਨੀਤੀ ਕਦੀ ਨਫ਼ਰਤ ਨਾਲ ਨਹੀਂ ਚੱਲਦੀ, ਇਹ ਮੁਹੱਬਤ ਨਾਲ ਚੱਲਦੀ ਹੈ। ਤੁਸੀਂ ਬਦਲਾਓ ਕਹਿ ਕੇ ਲੈ ਕੇ ਆਏ ਸੀ ਸਰਕਾਰ, ਤੁਸੀਂ ਬਦਲਾਓ ਨਹੀਂ ਰਾਜਨੀਤੀ ਕਰ ਰਹੇ ਹੋ। ਉਹ ਤੁਹਾਨੂੰ ਰਾਜਨੀਤੀ ਵੀ ਕਰਨੀ ਨਹੀਂ ਆਉਂਦੀ ਭਗਵੰਤ ਮਾਨ ਜੀ, ਇਹ ਰੱਬ ਦੇ ਵਾਸਤੇ ਤੁਸੀਂ ਆਪਣੇ ਕੰਮਾਂ ਵਾਲੇ ਪਾਸੇ ਧਿਆਨ ਦਿਓ। ਲੋਕ ਤੁਹਾਡੇ ਮੁੱਦਿਆਂ ਨੂੰ ਦੇਖਦੇ ਹੈ, ਲੋਕ ਤੁਹਾਡੇ ਕੰਮਾਂ ਨੂੰ ਦੇਖਦੇ ਹੈ, ਲੋਕ ਵਾਅਦਿਆਂ ਨੂੰ ਦੇਖ ਰਹੇ ਹੈ, ਤੁਸੀਂ ਨਫ਼ਰਤ ਦੇਖ ਰਹੇ ਹੋ। ਨਫ਼ਰਤ ਬੰਦ ਕਰੋ। ਪੰਜਾਬ ਪੁਲਿਸ ਦੇ 5 ਵਾਰ ਨੋਟਿਸ ਭੇਜਣ ਤੋਂ ਬਾਅਦ ਵੀ ਤਜਿੰਦਰਪਾਲ ਬੱਗਾ ਹਾਜ਼ਰ ਨਹੀਂ ਹੋਇਆ, ਔਰ ਅੱਜ ਪੰਜਾਬ ਪੁਲਿਸ ਨੇ ਇੱਕ ਕਾਨੂੰਨੀ ਪ੍ਰਕਿਰਿਆ ਦੇ ਅੰਤਰਗਤ ਉਹਨੂੰ ਅਰੈਸਟ ਕੀਤਾ ਹੈ, ਜਿੱਥੇ ਕਿ ਦਿੱਲੀ ਪੁਲਿਸ ਨੇ ਔਰ ਬੀਜੇਪੀ ਦੇ ਕਹਿਣ 'ਤੇ, ਔਰ ਬੀਜੇਪੀ ਹਮੇਸ਼ਾ ਹੀ ਐਂਟੀ ਸੋਸ਼ਲ ਐਲੀਮੈਂਟਸ, ਦੰਗਾ ਫਸਾਦ ਕਰਨ ਵਾਲੇ ਲੋਕਾਂ ਦਾ ਸਪੋਰਟ ਕਰਦੀ ਹੈ, ਅੱਜ ਬੀਜੇਪੀ ਨੇ ਪੰਜਾਬ ਪੁਲਿਸ ਦੀ ਕੰਮ 'ਚ ਦਖਲਅੰਦਾਜ਼ੀ ਕੀਤੀ ਆ, ਔਰ ਇਹ ਬਹੁਤ ਗੈਰ ਕਾਨੂੰਨੀ ਹੈ। ਪੰਜਾਬ ਪੁਲਿਸ ਵਿਦਆਊਟ ਪੋਲੀਟੀਕਲ ਇੰਟਰਫੇਰੈਂਸ ਕਾਨੂੰਨ ਅਨੁਸਾਰ ਆਪਣਾ ਕੰਮ ਕਰ ਰਹੀ ਹੈ। ਨਿਤਕਾ ਮਹੇਸ਼ਵਰੀ ਕੁਰਕਸ਼ੇਤਰ ਸਾਡੇ ਨਾਲ ਲਾਈਵ ਜੁੜ ਚੁੱਕੇ ਨੇ। ਨਿਤਕਾ, ਕੀ ਕੁਛ ਲੱਗਦਾ? ਦੇਖੋ, ਏਜੀ ਪੰਜਾਬ ਕਹਿ ਰਹੇ ਨੇ ਕਿ ਸਾਡੀ ਪੁਲਿਸ ਬਿਲਕੁਲ ਸਹੀ ਸੀ, ਨਿਜ਼ਮ ਮੁਤਾਬਕ ਅਸੀਂ ਗ੍ਰਿਫਤਾਰੀ ਕਰਨ ਗਏ ਸੀ, ਸਾਡੇ ਬੰਦਿਆਂ ਨੂੰ ਡਿਟੇਨ ਕੀਤਾ ਗਿਆ। ਏਜੀ ਦਿੱਲੀ ਕਹਿੰਦੇ ਨੇ
कि जानबुझ के कुछ नहीं होया, जो कुछ होया निज़म मुताबक होया, परचा पीड़ित दे बयान ते होया, एग्जीक्यूट उस ऑर्डर नूं कुरक्षेत्र च कीता गया। की अपडेट इस खबर ते? किशन कहना गलत नहीं होएगा कि आज काफ़ी ज़्यादा फजीहत जी है वह जरूर पंजाब पुलिस की हुई है। तो एक थाने च तीन तीन थावां दे पुलिस ऑफिसर जिहड़े ने वह पहुँचते हैं। पिपली पुलिस थाने दे असीं बाहर खड़े कुरक्षेत्र दे विच, ते इत्थे तुहानूं दस दईए कि पहला हरियाणा पुलिस जी है वह पंजाब पुलिस के काफिले लैके आउंदी है, जिदे विच तजिंदर सिंह बग्गा ने जदों उन्होंने जिहड़ा है दिल्ली तो पंजाब लैके जाना चाहती होंदी है पंजाब पुलिस, उन्होंने लैके हरियाणा पुलिस थाने पहुँचती है। उस तो बाद दिल्ली पुलिस इत्थे पहुँचती है, तो 10 मिनट के अंदर अंदर तजिंदर सिंह बग्गा इतों पुलिस की गड्डी दे विच लैके वापस दिल्ली लई रवाना हो जाती है। पंजाब पुलिस के जिहड़े सीनियर ऑफिसर ने ADGP शरद चौहान वो निकले जरूर होंगे ने, पर उन्होंने पहुंचने तो पहला ही दिल्ली पुलिस जी है 10 मिनट के अंदर तजिंदर पाल सिंह बग्गा लैके इतों निकल जाती है। हाईकोर्ट तक यह मामला पहुंचा, कह सकते हैं राजनीति इस मामले पर बहुत सारी हुई, पर एक शख्स से तुम समझो कि गिरफ्तारी के नाल तीन थावां की पुलिस से तीन थावां की राजनीति जी है वह जरूर गरमाई रही। इस ही यह भी दस दिए कि हूँ चाहे पहला पंजाब पुलिस ने तजिंदर पाल सिंह बग्गा के खिलाफ जिहड़ा मामला दर्ज किया, जिहड़ियां धारावां लगाईयां सीगियां वह भी नॉन अवेलेबल सीगियां, हालांकि 5 बार नोटिस भी भेजा गया, कहा गया कि जांच विच शामिल होया जावे। धारा 153A लगाई गई, 505 लगाई गई, 506 लगाई गई, तो इन्हां धारावां दे तहत ही मामला दर्ज किया गया। पर हुण जिहड़ा दिल्ली ने दिल्ली पुलिस ने पंजाब पुलिस से केस दर्ज किया है, वो धारावं काफ़ी ज़्यादा इंपोर्टेंट ने क्योंकि वह भी नॉन अवेलेबल ने, किडनैपिंग की ये है, डकैती की ये है, इस धार्मिक भावनावान जी है भड़काउण की मामला धारावं जी है वो ये लगी हुई है। 552 IPC की धारा, 365, 342, 392, 295 by 34 कह सकते हैं कि यह धारावं जी लगाई गई है। भावें हाईकोर्ट के ये कह दिया गया कि तजिंदर पाल सिंह बग्गा दिल्ली पुलिस लेके चली गई, पर हुण यह देखना होगा कि दिल्ली पुलिस इन्हां पंजाब के जिहड़े पुलिसकर्मी सीगे ऑफिसर सीगे उन्हां ते की कार्रवाई जिहड़ी है करदी है, क्योंकि धारावां जिहड़ियां ने वो काफ़ी ज़्यादा गंभीर ने, नॉन अवेलेबल ने, कि इन्हां ते कोई ना कोई कार्रवाई की जाती है नहीं, क्योंकि हरियाणा सरकार वालों उन्होंने वालों साफ तौर पर कहा गया कि असी किसी पुलिस कर्मी नूं डिटेन नहीं किया, असी बल्कि चाह पानी पूछा, पर दिल्ली पुलिस की कार्रवाई करेगी, क्योंकि हाले अंदर जे गल की जाए पुलिस स्टेशन दे विच ADGP पंजाब जिहड़े ने वह बैठे ने शरद चौहान, इस नाल ही पंजाब पुलिस के जिहड़े जवान सीगे जिहड़े तजिंदर पाल सिंह बग्गा नूं लैके पंजाब जा रहे सीगे वह अंदर ने, इस नाल ही दिल्ली पुलिस के कई ऑफिसर जिहड़े ने वह भी अंदर ने। तो देखना होगा कि हुण दिल्ली पुलिस की कार्रवाई करती है, भावें इससे राजनीति भी गरमाई रही, हाईकोर्ट तक मामला पहुंचा, पर पंजाब सरकार नूं किसी भी तरह की कोई राहत नहीं मिली, क्योंकि उन्होंने कहा सीगा कि जंगल राज है, असी अपने एक आरोपी नूं दिल्ली तो मोहाली कोर्ट पेश करना चाहते सी, दिल्ली तो गिरफ्तार करके तजिंदर पाल बग्गा नूं जिहड़ा है हरियाणा दे विच ही रख्या जाए, बाहर ना जान दिता जाए, पर कोर्ट ने उन्हां दी इह मंग नूं ठुकरा दिता। फिलहाल हाईकोर्ट दे विच भावें कल सुनवाई होगी, लेकिन अज का दिन काफ़ी ज़्यादा बवाल और काफ़ी ज़्यादा ड्रामा जिहड़ा है देखने को मिले, एक तो बाद एक ट्विस्ट जिहड़ा है इस कहानी दे विच आउंदे रहे। बिल्कुल, बहुत शुक्रिया नीतिका। हुण अहम सवाल यह है कि देखो उस ऑर्डर नूं तां एग्जीक्यूट हरियाणा च किया गया जिस किडनैपिंग का जिक्र सी, पर मुलजमां का की बनेगा जिन्हां ते FIR दर्ज हुई है, कि उन्होंने गिरफ्तारी संभव मनी जाए या ना? पर AG दिल्ली कहते हैं कि असी सिर्फ चाह पानी पंजाब पुलिस के मुलाजमान पूछे, अपने कंसेंट नाल जनकपुरी थाने च आए, असी किसी को डिटेन नहीं किया।